ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਹੁਤ ਵਧੀਆ ਚੀਜ਼ ਬਣਾਉਣ ਲੱਗੇ ਆਂ ਜੀ ਜਿਹੜੀ ਤੁਹਾਡੀ ਸ਼ਿਕਾਇਤ ਹੁੰਦੀ ਆ ਵੀ ਬੱਚੇ ਸਬਜ਼ੀਆਂ ਨਹੀਂ ਖਾਂਦੇ ਹੈਗੇ ਤੁਸੀਂ ਇਹ ਬਣਾ ਕੇ ਦਿਓ ਬੱਚੇ ਮੰਗ ਮੰਗ ਕੇ ਖਾਇਆ ਕਰਨਗੇ ਸਭ ਤੋਂ ਪਹਿਲਾਂ ਜੀ ਆਪਾਂ ਨੇ ਕਿਆ ਕਰਨਾ ਹੈ ਅਦਰਕ ਦਾ ਪੀਸ ਲਿਆ ਸੀਗਾ ਮੈਂ ਇਹਨੂੰ ਕੱਟ ਲਿਆ ਤੇ ਹਰੀਆਂ ਮਿਰਚਾਂ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਲਿਓ ਜੀ ਤੇ ਅੱਧਾ ਲਿਆ ਜੀ ਮੈਂ ਪਿਆਜ਼ ਇਹਨੂੰ ਵੀ ਆਪਾਂ ਨੇ ਕੱਟ ਲਾਣਾ ਮੋਟਾ ਮੋਟਾ ਜਿਹਾ ਏ ਹੁਣ ਇੱਕ ਲਈ ਸੀਗੀ ਮੈਂ ਗਾਜਰ ਇਹ ਤੁਸੀਂ ਜੇ ਮਤਲਬ ਜ਼ਿਆਦਾ ਬਣਾਉਣੀ ਚਾਹੁੰਦੇ ਹੋ ਚੀਜ਼ ਤਾਂ ਤੁਸੀਂ ਜ਼ਿਆਦਾ ਵੀ ਸਬਜ਼ੀਆਂ ਪਾ ਸਕਦੇ ਹੋ ਬਾਕੀ ਜਿਹੜੀ ਸਬਜ਼ੀ ਤੁਹਾਨੂੰ ਪਸੰਦ ਆ ਤੁਸੀਂ ਉਹ ਪਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਮੈਂ ਇਹ ਜਿਹੜੀਆਂ ਸਬਜ਼ੀਆਂ ਪਾਈਆਂ ਤੁਸੀਂ ਇਹੀ ਪਾਉਣੀਆਂ ਆਪਣੇ ਘਰ ਦੇ ਵਿੱਚ ਕਈ ਵਾਰ ਬਚੀਆਂ ਹੋਈਆਂ ਵੀ ਹੁੰਦੀਆਂ ਏ ਥੋੜੀਆਂ ਹੁੰਦੀਆਂ ਏ ਤਾਂ ਤੁਸੀਂ ਉਹ ਉਹਨਾਂ ਨੂੰ ਵੀ ਵਰਤ ਸਕਦੇ ਹੋ ਜੀ ਗੋਭੀ ਕੱਟੀ ਹੈ ਜੀ ਮੈਂ ਗੋਭੀ ਦਾ ਨਾ ਆਪਾਂ ਨੇ ਉਹ ਡੰਠਲ ਜਿਆ ਨਹੀਂ ਲੈਣਾ ਹੈਗਾ ਸਿਰਫ ਫੁੱਲਾ ਫੁੱਲਾ ਦੀ ਵਰਤੋਂ ਕਰਨੀ ਆ ਪਹਿਲਾਂ ਤੁਸੀਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਦਾ ਪਾਣੀ ਨਿਚੋੜ ਲਿਓ ਇਹਨਾਂ ਨੂੰ ਮੋਟਾ ਮੋਟਾ ਕੱਟ ਕੇ ਆਪਾਂ ਨੇ ਤਿਆਰ ਕਰ ਲਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਏ ਨੂੰ ਵੀ ਨਾਲੇ ਕੱਟ ਦੇਣਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਜੀ ਹੁਣ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਨੇ ਪੀਸ ਲੈਣਾ ਹੈ ਜੇ ਤੁਸੀਂ ਸਬਜ਼ੀਆਂ ਦਾ ਕद्दूकश ਕਰਨਾ ਚਾਹੁੰਦੇ ਹੋ ਜੀ ਤਾਂ ਜਿਹੜੀ ਆਪਣੀ ਬਿਲਕੁਲੇ ਬਰੀਕ ਸਾਈਡ ਹੁੰਦੀ ਆ ਉਸ ਸਾਈਡ ਤੋਂ ਤੁਸੀਂ ਕद्दूकश ਕਰ ਸਕਦੇ ਆ ਜਣੀ ਆ ਵੀ ਜੇ ਆਪਾਂ ਪੀਸਦੇ ਆ ਫਿਰ ਆਪਣਾ ਕੰਮ ਥੋੜਾ ਜਿਹਾ ਛੇਤੀ ਹੋ ਜਾਂਦਾ ਕद्दूकश ਕਰਨ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਹੈ ਲਓ ਜੀ ਇਹ ਬਹੁਤ ਵਧੀਆ ਕਲਰਫੁੱਲ ਜਿਹਾ ਬਣ ਕੇ ਤਿਆਰ ਹੋ ਗਿਆ ਤੁਸੀਂ ਜੇ ਨੂੰ ਖਾਣਾ ਚਾਹੋ ਤਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਮਿਕਸ ਕਰਕੇ ਤੁਸੀਂ ਇਹਨੂੰ ਰੋਟੀ ਨਾਲ ਇਸ ਤਰੀਕੇ ਨਾਲ ਵੀ ਖਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕੌਲੇ ਦੇ ਵਿੱਚ ਕੱਢ ਲਾਂਗੇ ਜੇ ਤੁਹਾਨੂੰ ਪੀਸਣ ਟਾਈਮ ਥੋੜੀ ਜਿਹੀ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਪਾਣੀ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਪਾਣੀ ਨਹੀਂ ਤਾਂ ਪਾਇਆ ਹੈਗਾ ਬਿਲਕੁਲ ਵੀ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਚੀਜ਼ਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਥੋੜੀ ਜਿਹੀ ਮਹਜ਼ਮੈਣ ਪਾਈ ਹੈ ਤੁਸੀਂ ਹੱਥਾਂ ਨਾਲ ਮਸਲ ਕੇ ਪਾ ਲਿਓ ਨਮਕ ਪਾਵਾਂਗੇ ਟੇਸਟ ਅਨੁਸਾਰਕ ਤੇ ਵਿੱਚ ਆਪਣੇ ਹਲਦੀ ਪਾ ਦੇਣੀ ਹੈ ਤੇ ਗਰਮ ਮਸਾਲਾ ਪਾ ਦੇਣਾ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਾਂਗੇ ਜੀ ਤਾਂ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਇਹਨੂੰ 5 ਮਿੰਟ ਵਾਸਤੇ ਰੱਖ ਵੀ ਸਕਦੇ ਹੋ ਪਰ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਚੰਗੀ ਤਰ੍ਹਾਂ ਨਾ ਇਹਨੂੰ ਇਸ ਤਰ੍ਹਾਂ ਮਿਕਸ ਕਰ ਦੇਣਾ ਦੱਬ-ਦੱਬ ਕੇ ਕਿਉਂਕਿ ਇਹ ਆਪਾਂ ਨੇ ਤਾਂ ਕਰਨਾ ਹੈ ਵੀ ਜਿਹੜਾ ਸਬਜ਼ੀਆਂ ਦੇ ਵਿੱਚ ਪਾਣੀ ਆ ਉਹ ਚੰਗੀ ਤਰ੍ਹਾਂ ਸਬਜ਼ੀਆਂ ਪਾਣੀ ਛੱਡਣ ਗਈਆਂ ਤੇ ਫਿਰ ਜਦੋਂ ਆਪਾਂ ਨੇ ਆਟਾ ਗੁੰਨਣਾ ਏ ਵੀ ਫਿਰ ਆਪਾਂ ਨੂੰ ਬਹੁਤੇ ਪਾਣੀ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਤੇ ਲੋ ਜੀ ਆਪਾਂ ਨੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਆਟਾ ਪਾ ਦਾਂਗੇ ਇਹਦੇ ਵਿੱਚ ਆਟਾ ਜੇ ਤਾਂ ਤੁਸੀਂ ਬੱਚਿਆਂ ਵਾਸਤੇ ਬਣਾ ਰਹੇ ਹੋ ਤਾਂ ਤਾਂ ਤੁਸੀਂ ਕੋਸ਼ਿਸ਼ ਕਰਿਓ ਵੀ ਇਹਦੇ ਵਿੱਚ ਹੋਰ ਨਾ ਜੀ ਪਾਣੀ ਪਾਓ ਤੇ ਸਬਜ਼ੀਆਂ ਮਤਲਬ ਜਿੰਨਾ ਕ ਸਬਜ਼ੀਆਂ ਪਾਣੀ ਛੱਡਣ ਗਈਆਂ ਤੁਸੀਂ ਉਹਦੇ ਨਾਲੇ ਆਟਾ ਗੁੰਨ ਕੇ ਤਿਆਰ ਕਰਿਓ ਜੇ ਤੁਸੀਂ ਜ਼ਿਆਦਾ ਇਹਦਾ ਮਤਲਬ ਪਰੌਂਠੇ ਬਣਾਉਣੇ ਆ ਫਿਰ ਤੁਸੀਂ ਪਾਣੀ ਮੜਾ ਮੋਟਾ ਪਾ ਕੇ ਆਟਾ ਗੁੰਨ ਸਕਦੇ ਹੋ ਪਰ ਮੈਂ ਬੱਚਿਆਂ ਵਾਸਤੇ ਬਣਾਉਣੇ ਆ ਜੀ ਮੈਂ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਉਣਾ ਹੈਗਾ ਜਿੰਨਾ ਵੀ ਆਟਾ ਪਾਇਆ ਹੈ ਉਹਦੇ ਨਾਲੇ ਮਤਲਬ ਆਟੇ ਨੂੰ ਆਪਾਂ ਨੇ ਜਿੰਨਾ ਸਬਜ਼ੀਆਂ ਦਾ ਪਾਣੀ ਆ ਉਹਦੇ ਨਾਲੇ ਆਪਾਂ ਨੇ ਆਟੇ ਨੂੰ ਜਿੰਨਾ ਕੁ ਵੀ ਮਿਕਸ ਹੋ ਸਕਦਾ ਉਹਦੇ ਨਾਲੇ ਆਪਾਂ ਨੇ ਆਟੇ ਨੂੰ ਗੁੰਨ ਲਾਣਾ ਜੀ ਇਹਦੇ ਨਾਲ ਇਸ ਤਰ੍ਹਾਂ ਵੀ ਆਟਾ ਘੱਟ ਹੋਊਗਾ ਤੇ ਆਪਣੀਆਂ ਸਬਜ਼ੀਆਂ ਜ਼ਿਆਦਾ ਹੋਣਗੀਆਂ ਜੇ ਬੱਚੇ ਨੇ ਇੱਕ ਵੀ ਪਰੌਂਠਾ ਖਾ ਲਿਆ ਤਾਂ ਵੀ ਆਪਾਂ ਨੂੰ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਹੋਊਗਾ ਵੀ ਚਲੋ ਬੱਚੇ ਨੇ ਸਬਜੀ ਖਾ ਲਈ ਐ ਇਹ ਤੁਸੀਂ ਬੱਚਿਆਂ ਨੂੰ ਟਿਫਨ ਚ ਵੀ ਪਾ ਕੇ ਦੇ ਸਕਦੇ ਹੋ ਬਹੁਤ ਨਰਮ ਸੌਫਟ ਠੰਡੇ ਹੋਣ ਤੋਂ ਬਾਅਦ ਵੀ ਇਹ ਬਹੁਤ ਨਰਮ ਰਹਿਣਗੇ ਤੇ ਟੇਸਟ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਹੈਗਾ ਵੀ ਤੁਸੀਂ ਇਹ ਸਬਜ਼ੀਆਂ ਦਾ ਪਰੌਂਠਾ ਬਣਾਇਆ ਹੈ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਲੱਗੂਗਾ ਵੀ ਤੁਸੀਂ ਇਹਦੇ ਵਿੱਚ ਕਿਹੜੀ-ਕਿਹੜੀ ਸਬਜੀ ਪਾਈ ਹੈ ਜੰਗੀ ਤਰ੍ਹਾਂ ਆਪਾਂ ਨੇ ਬਸ ਆਟੇ ਨੂੰ ਇਸ ਤਰ੍ਹਾਂ ਗੁੰਨ ਲਾਣਾ ਜੀ ਜਿਸ ਤਰ੍ਹਾਂ ਆਪਾਂ ਨਾਰਮਲ ਆਟਾ ਗੁੰਦੇ ਹੁੰਦੇ ਹੁਣੇ ਲਓ ਜੀ ਆਟਾ ਆਪਾਂ ਨੇ ਗੁੰਨ ਲਿਆ ਤੇ ਹੁਣ ਆਪਾਂ ਬਣਾਵਾਂਗੇ ਪਰੌਂਠੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਤਿੰਨ ਖੁੰਜੇ ਵਾਲਾ ਬਣਾਉਣਾ ਚਾਹੁੰਦੇ ਹੋ ਜਾਂ ਚਾਰ ਵਾਲਾ ਬਣਾਉਣਾ ਹੈ ਤੇ ਜਿਸ ਤਰ੍ਹਾਂ ਤੇ ਵੀ ਤੁਹਾਡੇ ਬੱਚਿਆਂ ਨੂੰ ਪਸੰਦ ਆ ਤੁਸੀਂ ਉਸ ਤਰ੍ਹਾਂ ਦੇ ਬਣਾ ਸਕਦੇ ਹੋ ਪਰ ਮੈਂ ਸਿਰਫ ਇਹਦੀ ਰੋਟੀ ਉਹ ਬਣਾਉਣੀ ਆ ਨਾਰਮਲ ਜਿਸ ਤਰ੍ਹਾਂ ਆਪਾਂ ਪਹਿਲਾਂ ਪੇੜਾ ਕਰਦੇ ਹੁੰਨੇ ਆ ਲੋਈਆ ਕਰਦੇ ਹੁੰਨੇ ਆ ਉਸ ਤਰੀਕੇ ਨਾਲ ਆਪਣੀ ਰੋਟੀ ਬਣਾ ਲੈਣੀ ਆ ਜੀ ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਜੇ ਜਿਸ ਤਰ੍ਹਾਂ ਤੁਸੀਂ ਵੀ ਬੱਚੇ ਸਕੂਲ ਜਾਂਦੇ ਆ ਤੁਸੀਂ ਇਹਨੂੰ ਸਵੇਰੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਨਾ ਸ਼ਾਮ ਨੂੰ ਸਾਰੀਆਂ ਸਬਜ਼ੀਆਂ ਨੂੰ ਪੀਸ ਕੇ ਵਿੱਚ ਲੂਣ ਮਿਕਸ ਕਰਕੇ ਇਹਨਾਂ ਨੂੰ ਰੱਖ ਲਿਆ ਕਰੋ ਤੇ ਆਟਾ ਤੁਸੀਂ ਸਵੇਰੇ ਹੀ ਗੁੰਨਿਆ ਕਰੋ ਜੀ ਤੇ ਉਹਦੇ ਨਾਲ ਆਪਣੇ ਇੱਕ ਤਾਂ ਟਾਈਮ ਦੀ ਬਚਤ ਹੋ ਜਾਂਦੀ ਆ ਤੇ ਇੱਕ ਆਪਾਂ ਬੱਚਿਆਂ ਨੂੰ ਕੁਝ ਖਾਣ ਵਾਸਤੇ ਵਧੀਆ ਵੀ ਦੇ ਸਕਦੇ ਆ ਇਹਨਾਂ ਨੂੰ ਪਰੌਂਠਿਆਂ ਨੂੰ ਤੁਸੀਂ ਸਫ਼ਰ 'ਚ ਲੈ ਜਾਣਾ ਹੋਵੇ ਤਾਂ ਵੀ ਬਹੁਤ ਵਧੀਆ ਹੈ ਤੇ ਨਰਮ ਬਹੁਤ ਰਹਿੰਦੇ ਆ ਤੇ ਬੱਚਿਆਂ ਨੂੰ ਟੇਫਨ ਦੇ ਵਿੱਚ ਪਾ ਕੇ ਦੇਣੇ ਹੁਣ ਤਾਂ ਵੀ ਇਹ ਬਹੁਤ ਜ਼ਿਆਦਾ ਨਰਮ ਹੁੰਨੇ ਆ ਤੇ ਬੱਚੇ ਖਾ ਕੇ ਆਉਂਦੇ ਆ ਆਪਾਂ ਨੇ ਬੇਲ ਕੇ ਚੰਗੀ ਤਰ੍ਹਾਂ ਤਵਾ ਆਪਣਾ ਗਰਮ ਸੀਗਾ ਰੋਟੀ ਪਾਤੀ ਆ ਤੇ ਇੱਕ ਸਾਈਡ ਸੇਕ ਲੱਗ ਗਿਆ ਆਪਾਂ ਨੇ ਪਲਟਤਾ ਪਰੌਂਠਾ ਤੇ ਪਲਟਣ ਤੋਂ ਬਾਅਦ ਹੁਣ ਤੁਸੀਂ ਤੇਲ ਘਿਓ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਲਾ ਲਿਓ ਜੀ ਤੇ ਦੂਜੀ ਸਾਈਡ ਪਲਟ ਕੇ ਆਪਾਂ ਇਧਰ ਵੀ ਆਪਣਾ ਹਾ ਕੇ ਉਹ ਲਾ ਦਾਂਗੇ ਤੇ ਦੋਹੇ ਸਾਈਡਾਂ ਤੋਂ ਆਪਾਂ ਚੰਗੀ ਤਰ੍ਹਾਂ ਪਰੌਂਠੇ ਨੂੰ ਸੇਕ ਲਾਂਗੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤੇ ਬਹੁਤ ਟੇਸਟੀ ਪਰੌਂਠਾ ਬਣ ਕੇ ਤਿਆਰ ਹੁੰਦਾ ਜੀ ਇਹ ਕੋਈ ਆਪਾਂ ਨੂੰ ਇਹਦੇ ਨਾਲ achar chutney ਖਾਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਕਿਉਂਕਿ ਆਪਾਂ ਨੇ ਗ਼ੂਣ ਮਿਰਚ ਪਾਇਆ ਹੈ ਕਲਰ ਦੇਖੋ ਜੀ ਪਰੌਂਠੇ ਦਾ ਕਿੰਨਾ ਵਧੀਆ ਇਸ ਤਰੀਕੇ ਨਾਲ ਆਪਾਂ ਸਾਰੇ ਪਰੌਂਠੇ ਬਣਾ ਲਾਂਗੇ ਤੇ ਲੋ ਜੀ ਆਪਾਂ ਨੇ ਦੂਜਾ ਵੀ ਪਰੌਂਠਾ ਪਾਤਾ ਤੇ ਇਹਨੂੰ ਵੀ ਤੁਸੀਂ ਉਵੇਂ ਹੀ ਪਹਿਲਾਂ ਤੁਸੀਂ ਥਲ ਲਿਓ ਜੀ ਇੱਕ ਸਾਈਡ ਸੇਕ ਲੱਗਣ ਤੋਂ ਬਾਅਦ ਫਿਰ ਆਪਾਂ ਇਹਦੇ ਉੱਪਰ ਘਿਓ ਤੇਲ ਜੋ ਵੀ ਤੁਹਾਨੂੰ ਪਸੰਦ ਆ ਉਹ ਲਾ ਦਾਂਗੇ ਤੇ ਤੁਸੀਂ ਦੂਸਰੇ ਸਾਈਡ ਵੀ ਉਹ ਕਰਨਾ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਓ ਖਾਓ ਤੇ ਕਰੋ ਇੰਜਵਾਏ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬਹੁਤ ਜਿਆਦਾ ਨਰਮ ਤੇ ਸੌਫਟ ਆਪਣੇ ਪਰੌਂਠੇ ਬਣ ਕੇ ਤਿਆਰ ਆ ਜੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ